ਤੇ ਅਮਰੀਕਾ ਵਿੱਚ ਸਾਹਮਣੇ ਆਈ ਯੂਨੀਵਰਸਿਟੀ ਦਾਖਲਾ ਕਪਲੇ ਵਿੱਚ ਜਿੱਥੇ ਕਈ ਹਾਲੀਵੁੱਡ ਸਿਤਾਰੇ ਘਿਰ ਗਏ ਹਨ ਉੱਥੇ ਹੀ ਕੈਨੇਡਾ ਦੇ ਸਮਾਜ ਸੇਵੀ ਡੇਵ ਸਿੱਧੂ ਦਾ ਨਾਮ ਵੀ ਕਪਲੇ ਵਿੱਚ ਸਾਹਮਣੇ ਆ ਰਿਹਾ ਹੈ ਡੇਵ ਸਿੱਧੂ ਤੇ ਦੋਸ਼ ਹਨ ਕਿ ਉਹਨਾਂ ਨੇ ਆਪਣੇ ਬੇਟਿਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖਲ ਕਰਵਾਉਣ ਲਈ 2 ਲੱਖ ਡਾਲਰ ਦੀ ਰਿਸ਼ਵਤ ਦਿੱਤੀ ਹੈ ਲਾਸ ਐਂਜਲਸ ਸਥਿਤ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਂਟਰੈਂਸ ਟੈਸਟ ਕਪਲੇ ਦੇ ਮਾਮਲੇ ਵਿੱਚ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਫੈਡਰਲ ਪ੍ਰੋਸੀਕਿਊਟਰ ਨੇ ਆਖਿਆ ਕਿ ਕਪਲੇ ਦੇ ਮੁਲਜ਼ਮਾਂ ਵਿੱਚ ਫਿਲਮੀ ਹਸਤੀਆਂ ਤੋਂ ਇਲਾਵਾ ਵੱਡੀਆਂ ਵੱਡੀਆਂ ਕੰਪਨੀਆਂ ਦੇ ਸੀਈਓ ਫਾਈਨੈਂਸਰ ਸ਼ਰਾਬ ਨਿਰਮਾਤਾ ਤੇ ਫੈਸ਼ਨ ਡਿਜ਼ਾਈਨਰ ਸ਼ਾਮਿਲ ਹਨ ਇਹਨਾਂ ਉੱਤੇ ਦੋਸ਼ ਹੈ ਕਿ ਰਿਸ਼ਵਤਖੋਰੀ ਜਾਂ ਨਕਲ ਰਾਹੀਂ ਆਪਣੇ ਬੱਚਿਆਂ ਨੂੰ ਯੇਲ ਸਟੈਨਫੋਰਡ ਜਾਰਜਟਾਊਨ ਅਤੇ ਸਦਰਨ ਕੈਲੀਫੋਰਨੀਆ ਵਰਗੀਆਂ ਵਕਾਰੀ ਯੂਨੀਵਰਸਿਟੀਆਂ ਵਿੱਚ ਦਾਖਲਾ ਦਵਾਇਆ ਇਹਨਾਂ ਸਾਰਿਆਂ ਤੋਂ ਫਰਜ਼ੀ ਚੰਦਾ ਲੈ ਕੇ ਕੈਲੀਫੋਰਨੀਆ ਨਿਵਾਸੀ ਵਿਲੀਅਮ ਸਿੰਗਰ ਨੇ ਇਹਨਾਂ ਦੇ ਬੱਚਿਆਂ ਲਈ SAT ਅਤੇ ACT ਦੀਆਂ ਪ੍ਰੀਖਿਆਵਾਂ ਫਿਕਸ ਕੀਤੀਆਂ ਹਨ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਪੋਰਟਸ ਕੋਚਾਂ ਨੇ ਵੀ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਉਣ ਲਈ ਰਿਸ਼ਵਤ ਦਿੱਤੀ ਹੈ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਡੇਵ ਸਿੱਧੂ ਨੇ 2011 ਦਸੰਬਰ ਵਿੱਚ ਵੈਨਕੂਵਰ ਵਿੱਚ ਆਪਣੇ ਬੇਟੇ ਦਾ ਐਂਟਰੈਂਸ ਟੈਸਟ ਦਿਵਾਉਣ ਲਈ ਇੱਕ ਲੇਖਕ ਦੀਆਂ ਸੇਵਾਵਾਂ ਲਈਆਂ ਸਨ ਇਸ ਤੋਂ ਇਲਾਵਾ 2012 ਵਿੱਚ ਆਪਣੇ ਵੱਡੇ ਬੇਟੇ ਦੇ ਹਾਈ ਸਕੂਲ ਗ੍ਰੈਜੂਏਸ਼ਨ ਪ੍ਰੀਖਿਆ ਵਿੱਚ ਵੀ ਕਿਸੇ ਹੋਰ ਤੋਂ ਲਿਖਵਾਈ ਸੀ ਤੁਹਾਨੂੰ ਦੱਸ ਦਈਏ ਕਿ ਡੇਵ ਸਿੱਧੂ ਦੇ ਵੱਡੇ ਬੇਟੇ ਨੂੰ ਚੈਪਮੈਨ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਸੀ ਅਤੇ ਡੇਵ ਸਿੱਧੂ ਦੇ ਵਕੀਲ ਰਿਚਰਡ ਸਕੌਨਫਰਡ ਨੇ ਇਹਨਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਖੰਡਨ ਕੀਤਾ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਡੇਵ ਸਿੱਧੂ ਨੂੰ ਗਲੋਬਲ ਪੰਜਾਬੀ ਸੋਸਾਇਟੀ ਐਕਸੀਲੈਂਸ ਅਵਾਰਡ ਅਤੇ NRI ਇੰਸਟੀਟਿਊਟ ਪ੍ਰਾਈਡ ਆਫ ਇੰਡੀਆ ਫਿਲਥਰੋਪੀ ਅਵਾਰਡ ਦੇ ਨਾਲ ਨਵਾਜਿਆ ਜਾ ਚੁੱਕਿਆ ਹੈ